ਕੱਲ ਦੀ ਵੀਡੀਓ ਤੁਹਾਨੂੰ ਦਿਖਾਈ ਸੀ ਰਿਟੇਨਿੰਗ ਵਾਲ ਫਾਊਂਡੇਸ਼ਨ ਵਗੈਰਾ, ਠੀਕ ਆ। ਰੈਪਟ ਦੀ ਕੰਕਰੀਟ ਕਰਨੀ ਆ ਆਪਾਂ ਹਜੇ, ਤਾਂ ਰੈਪਟ ਦਾ ਸਟੀਲ ਵੀ ਥੋੜ੍ਹਾ ਬਾਰਿਸ਼ ਦੀ ਵਜ੍ਹਾ ਨਾਲ ਖਰਾਬ ਹੋ ਗਿਆ, ਉਹ ਦੁਬਾਰਾ ਨਵਾਂ ਲਾਵਾਂਗੇ। ਅਤੇ ਅੱਜ ਆਪਾਂ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ ਵਾਟਰ ਸਟੋਪਰ। ਇਹ ਦੇਖੋ, ਇੱਕ ਸਟੀਲ ਡਾਊਨ 'ਤੇ ਆ ਗਿਆ, ਇੱਕ ਅਪ ਸਾਈਡ 'ਤੇ, ਇੱਦਾਂ ਹੀ। ਜਿਹੜਾ ਉੱਪਰਲਾ ਸਟੀਲ, ਹੁਣ ਬਹੁਤ ਬੰਦੇ ਪੁੱਛਦੇ ਹੋਣੇ ਵੀ ਇਹ ਸੈਂਟਰ 'ਚ ਕਿੱਦਾਂ ਲਿਆਉਣਾ। ਇਹ ਸੈਂਟਰ ਦੇ ਵਿੱਚ ਯੂ ਪਾ ਕੇ, ਠੀਕ ਹੈ, ਉੱਪਰਲਾ ਸਟੀਲ ਬੰਨ ਲੈਣਾ ਅਤੇ ਥੱਲੜਾ ਸਟੀਲ ਉਹਦੇ ਨਾਲ ਆ ਜਾਣਾ, ਇੱਥੇ ਇੱਧਰ ਲੈ ਕੇ ਜਾਣਾ ਪੂਰਾ ਲਾਸਟ ਤੱਕ। ਹਾਂ, ਵਿੱਚ ਵਿੱਚ ਯੂ ਪਾ ਦੇਣਾ, ਦੋ ਦੋ ਮੀਟਰ 'ਤੇ ਪਾ ਦਿਉ, ਮੀਟਰ ਮੀਟਰ 'ਤੇ ਪਾ ਦਿਉ। ਉਸ ਤੋਂ ਬਾਅਦ ਜੋ ਫਾਈਨਲ ਟੱਚ ਦੇਣਾ ਜਿੱਧਰੋਂ ਟਿੱਲਾ ਲੱਗਦਾ ਸਟੀਲ, ਇਹਦਾ ਜੁਆਇੰਟ ਦੋਨਾਂ ਪਾਸੇ ਦੇ ਦਿਉ ਸਟੀਲ ਦੇ ਨਾਲ, ਠੀਕ ਆ। ਨਹੀਂ ਤਾਂ ਯੂ ਐਕਸਟਰਾ ਪਾ ਦਿਉ। ਫਿਰ ਤੁਹਾਨੂੰ ਇਹ ਜੁਆਇੰਟ ਦਾ, ਇਹ ਜੁਆਇੰਟ ਹੋ ਗਿਆ, ਠੀਕ ਹੈ। ਤਕਰੀਬਨ ਤੁਹਾਨੂੰ ਆਪਾਂ ਨੈਕਸਟ ਵੀਡੀਓ 'ਚ ਫੁੱਲ ਦਿਖਾਵਾਂਗੇ, ਪੂਰਾ ਹਜੇ ਹਾਫ ਲਗਾਇਆ, ਪੂਰਾ ਪੋਸਟਨ ਦਿਖਾ ਕੇ ਕਿੱਦਾਂ ਜੁਆਇੰਟ ਹੁੰਦੇ, ਕਿੱਦਾਂ ਕੱਟ ਪੀਸ ਬਣਦੇ, ਕਿੱਦਾਂ ਕਰੋਸਿੰਗ ਬਣਦੇ, ਕਿੱਦਾਂ 19 ਦੇ ਵਾਟਰ ਸਟੋਪਰ ਲੱਗਦੇ, ਸਾਰਾ ਏ ਟੂ ਜੈਡ ਨੈਕਸਟ ਵੀਡੀਓ ਵਿੱਚ ਦੇਖਣ ਨੂੰ ਮਿਲੂਗਾ।